ਜੀ ਲੇਬਰ ਦੇ ਵਿੱਚ ਗਿਆ ਸੀ ਮਿਹਨਤ ਮਜ਼ਦੂਰੀ ਲਈ ਘਰ ਦੀ ਗਰੀਬੀ ਬਦਲੀ ਤੇ ਮੈਂ ਮਿਹਨਤ ਰੱਖੀ ਮੇਰਾ ਬੱਚਾ ਪੰਜਾਬ ਆਊ ਮੈਂ ਉਹਦਾ ਘਰ ਬਣਾਊ ਕਿਤੇ ਸਾਡੇ ਘਰ ਦਾ ਵੀ ਜੜ ਲੱਗੂਗੀ ਜੀ ਮੇਰੀਆਂ ਮਿਹਨਤਾਂ ਤੇ ਜਦੋਂ ਪਾਣੀ ਫਿਰਿਆ ਮੇਰਾ ਭਾਰ ਟਹਿ ਗਿਆ ਮੇਰੇ ਤੇ ਬਹੁਤ ਉਦੋਂ ਮੈਨੂੰ ਕੋਈ ਸਮਝ ਸੁਝ ਨਹੀਂ ਆਈ ਕਿ ਮੇਰੇ ਤੇ ਹਨੇਰੀ ਝੁੱਲੀ ਮੇਰਾ ਛੇਰ ਜਿੱਡੇ ਬੱਚੇ ਜਦੋਂ ਮੇਰੇ ਤੋਂ ਵਿਛੋੜਾ ਪਾ ਗਏ ਇਸ ਵਿਚਾਰੀ ਬਲਵਿੰਦਰ ਕੌਰ ਦਾ ਉਹ ਹੀ ਬੱਚਾ ਸੀ ਜਿਹੜਾ ਇਹਨੇ ਉੱਧਰ ਮਿਹਨਤ ਮਜ਼ਦੂਰੀ ਲਈ ਗਿਆ ਹੋਇਆ ਸੀ ਜ਼ਿਆਦਾ ਕੋਈ ਪੜ੍ਹਿਆ ਲਿਖਿਆ ਨਹੀਂ ਬੱਚਾ ਉਹ ਮਿਹਨਤ ਮਜ਼ਦੂਰੀ ਉੱਥੇ ਗਏ 6 ਸਾਲ ਹੋਏ ਉਹਨਾਂ ਨੂੰ ਗਿਆ ਨੂੰ ਉਹ ਬੱਚਾ ਉੱਧਰ ਪੂਰਾ ਹੋ ਗਿਆ ਆ ਇਹ ਦੋਵੇਂ ਮਾਵਾਂ ਧੀਆਂ ਵਿਧਵਾ ਨੇ ਜਵਾਈ ਵੀ ਇਹਨਾਂ ਦਾ ਪੂਰਾ ਹੋ ਗਿਆ 7 ਮਹੀਨੇ ਹੋ ਗਏ ਮੇਰਾ ਨਾਮ ਭਗਵਾਨ ਸਿੰਘ ਹੈ ਜੀ ਸਾਬਕਾ ਸਰਪੰਚ ਬਸਤੀ ਅੰਮ੍ਰਿਤਸਰੀਆਂ ਇੱਡਾ ਵੱਡਾ ਭਾਰ ਟੁੱਟਿਆ ਜੀ ਕੁਛ ਯਾਰ ਨਹੀਂ ਕਰ ਸਕਦੇ ਕਿਉਂਕਿ ਇਸ ਪਰਿਵਾਰ ਦੇ 2 ਸਾਲਾਂ ਦੇ ਵਿੱਚ ਇਹ 4ਵੀਂ ਮੌਤ ਹੈ ਜੀ ਜੇ ਮੰਗ ਇਹ ਕਰਦੀ ਮੇਰੀ ਬੇਨਤੀ ਸਰਕਾਰ ਅੱਗੇ ਮੇਰੇ ਬੱਚੇ ਦੀ ਲਾਸ਼ ਪੰਜਾਬ ਆਉਣੀ ਚਾਹੀਦੀ ਮੇਰੀ ਇਹੋ ਬੇਨਤੀ ਹੈ ਹੋਰ ਮੇਰੀ ਗਰੀਬਣੀ ਦਾ ਕੀ ਮੈਂ ਦੱਸਾਂ ਕਿੰਨੀਆਂ ਕਿ ਮੰਗਾਂ ਮੰਗਾਂ ਮੈਂ ਬੜੀ ਔਖੀ ਹਾਂ ਮੇਰੇ ਵਰਗਾ ਕੋਈ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਅਟਾਰੇ ਦੀ ਬਸਤੀ ਦੇ ਇੱਕ ਪਰਿਵਾਰ ਤੇ ਉਦੋਂ ਕਹਿਰ ਢਹਿ ਗਿਆ ਜਦੋਂ ਉਹਨਾਂ ਦਾ 30 ਸਾਲਾਂ ਦਾ ਪੁੱਤਰ ਦੀ ਮੌਤ ਦੀ ਖਬਰ ਪਰਿਵਾਰ ਨੂੰ ਮਿਲੀ ਗਰੀਬੀ ਹਾਲਤ ਵਿੱਚ ਜੀ ਰਹੇ ਇਸ ਪਰਿਵਾਰ ਦਾ ਇੱਕੋ ਇੱਕ ਸਹਾਰਾ ਦਿਲਬਾਗ ਸਿੰਘ ਜੋ ਮਿਹਨਤ ਮਜ਼ਦੂਰੀ ਕਰਨ ਲਈ ਬਾਹਰ ਗਿਆ ਸੀ ਪਰ ਉਸਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਬਦਕਿਸਮਤੀ ਹਾਲਤ ਇਹ ਹੈ ਕਿ ਹੁਣ ਪਰਿਵਾਰ ਕੋਲੋਂ ਉਸਦੀ ਡੈੱਡ ਬੋਡੀ ਮੰਗਵਾਉਣ ਵਾਸਤੇ ਵੀ ਕੋਈ ਸਾਧਨ ਨਹੀਂ ਹੈ ਜਿਸ ਕਾਰਨ ਦੁਖੀ ਹੋ ਕੇ ਉਹ ਗੁਹਾਰ ਲਗਾ ਰਹੇ ਹਨ ਕਿ ਉਹਨਾਂ ਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਸਰਕਾਰਾਂ ਉਸਦੇ ਘਰ ਤੱਕ ਪਹੁੰਚਾਉਣ ਭੁੱਬਾ ਮਾਰਦੀ ਰੋਂਦੀ ਬਜ਼ੁਰਗ ਔਰਤ ਬਲਵਿੰਦਰ ਕੌਰ ਅਤੇ ਮ੍ਰਿਤਕ ਦੀ ਭੈਣ ਨੇ ਦੱਸਿਆ ਹੈ ਕਿ ਉਸਦਾ ਨੌਜਵਾਨ ਪੁੱਤਰ ਦਿਲਬਾਗ ਸਿੰਘ ਉਮਰ ਕਰੀਬ 30 ਸਾਲ ਜੋ ਵਿਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਅਤੇ ਇਸ ਵਾਰ ਉਸਦੀ ਉਡੀਕ ਕਰ ਰਹੇ ਸਨ ਕਿ ਇਸ ਵਾਰ ਦਿਲਬਾਗ ਦੇ ਬੜੇ ਚਾਵਾਂ ਨਾਲ ਵਿਆਹ ਕਰਨਗੇ ਪਰ ਜਦੋਂ ਉਹਨਾਂ ਨੂੰ ਦਿਲਬਾਗ ਦੀ ਮੌਤ ਦੀ ਖਬਰ ਮਿਲੀ ਤਾਂ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਉਹਨਾਂ ਨੇ ਦੱਸਿਆ ਹੈ ਕਿ ਪਿਛਲੀ 9 ਤਰੀਕ ਨੂੰ ਦਿਲਬਾਗ ਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ ਸੀ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਹਾਲਾਤ ਇੰਨੇ ਮਾੜੇ ਹਨ ਕਿ ਅੱਜ ਉਹਨਾਂ ਕੋਲ 10 ਰੁਪਏ ਤੱਕ ਨਹੀਂ ਹੈ ਇਨ੍ਹਾਂ ਹਾਲਾਤਾਂ ਵਿੱਚ ਉਹ ਖਰਚਾ ਕਰਕੇ ਆਪਣੇ ਪੁੱਤਰ ਦੀ ਲਾਸ਼ ਕਿਵੇਂ ਲਿਆਉਣ ਇਸ ਮੌਕੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ NRI ਵੀਰਾਂ ਅਤੇ ਸਮਾਜ ਸੇਵੀ ਸੰਸਥਾ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਇਸ ਪਰਿਵਾਰ ਦੀ ਮਦਦ ਲਈ ਜ਼ਰੂਰ ਕੋਈ ਨਾ ਕੋਈ ਅੱਗੇ ਆਵੇ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਅਤੇ ਇੱਕ ਬੁੱਢੀ ਮਾਂ ਆਪਣੇ ਪੁੱਤਰ ਦਾ ਮੂੰਹ ਦੇਖ ਸਕੇ ਮੈਂ ਵਸਲ ਸਿੰਘ ਸਰਪੰਚ ਇਹ ਜੀ ਗਰੀਬੀ ਦਾਵਾ ਬਹੁਤ ਮਾੜੇ ਬੰਦੇ ਆ ਤੇ ਇਹਨਾਂ ਦੇ ਜਿਹੜੇ ਬੱਚੇ ਹੀ ਦੋਵੇਂ ਹੀ ਇਹਨਾਂ ਦੇ ਨਿੱਕੇ ਕਾਏ ਬਾਹਰ ਗਿਆ ਸੀ ਕਮਾਉਣ ਨੂੰ ਕਮਾਈ ਵਾਲੇ ਗਿਆ ਉੱਥੇ ਇਹ ਵਾਕਿਆ ਹੋ ਗਿਆ ਮੌਤ ਹੋ ਗਈ ਆ ਤੇ ਇਹਦੇ ਸਰਕਾਰ ਅੱਗੇ ਉਹ ਬੇਨਤੀ ਆ ਵੀ ਇਹਨਾਂ ਨੂੰ ਕੋਈ ਗਰੀਬੀ ਫੰਡ ਦਿੱਤਾ ਜਾਵੇ ਕੋਈ ਇਹਨਾਂ ਦੀ ਮਦਦ ਹੋ ਜਾਵੇ ਇਹ ਜੀ ਬਜ਼ੁਰਗ ਪਹਿਲੀ ਦੱਤਾ ਕੋਈ ਨਹੀਂ ਸੀ ਮਿਹਨਤ ਕਰਨੀ ਆਪਦੀ ਗਏ ਸੀ ਮਿਹਨਤ ਕਰਦਿਆਂ ਕਰਦਿਆਂ ਕੋਈ ਪਾਣਾ ਜਿਹੜਾ ਚਾਂਸ ਵਰਤ ਗਿਆ ਇਹ ਕੋਈ ਵੱਡੀ ਗੱਲ ਨਹੀਂ ਹੋ ਸਕਦੀ ਇਹਦੀ ਆ ਵੀ ਹੁਣ ਜਿਹੜੀ ਡੈੱਡ ਬੋਡੀ ਆ ਇਹਦੀ ਸਰਕਾਰ ਨੂੰ ਮਦਦ ਕੀਤੀ ਜਾਵੇ ਵਾਪਸ ਆ ਜੇ ਅਤੇ ਮਾਂ ਪਿਓ ਹਾਂਜੀ ਆਪਦਾ ਚਾਰਾਂ ਤੋਂ ਮਾਰਿਆ ਸਾਰਾ ਵੀ ਡੈੱਡ ਬੋਡੀ ਜਿਹੜੀ ਹੈ ਇਹਨਾਂ ਦੀ ਮਾਂ ਨੂੰ ਮਿਲ ਜੇ ਚਲੋ ਮੂੰਹ ਵੇਖਿਆ ਜੇ ਅਤੇ ਚਲੋ ਆਪਦੇ ਹੱਥੀਂ ਸੰਸਕਾਰ ਹੋ ਜਾਏਗਾ ਅਤੇ ਬਹੁਤ ਅੱਛੀ ਗੱਲ ਹੈ ਸਰਕਾਰ ਮੇਰਾ ਜੀ ਬਲਵਿੰਦਰ ਕੌਰ ਜੀ ਆਉਂਦੀ ਨਾ ਉਹਨੂੰ ਅਟੈਕ ਹੋ ਗਿਆ ਬਾਹਰ 6 ਸਾਲ ਜੀ 6 ਸਾਲ ਉਹ ਜੀ ਲੇਬਰ ਦੇ ਵਿੱਚ ਗਿਆ ਸੀ ਮਿਹਨਤ ਮਜ਼ਦੂਰੀ ਲਈ ਘਰ ਦੀ ਗਰੀਬੀ ਬਦਲੇ
ਤੇ ਮੈਂ ਮਿਹਨਤ ਰੱਖੀ ਮੇਰਾ ਬੱਚਾ ਪੰਜਾਬ ਆਊ ਮੈਂ ਉਹਦਾ ਘਰ ਬਣਾਊਂ ਕਿਤੇ ਸਾਡੇ ਘਰ ਦਾ ਵੀ ਜੜ ਲੱਗੂਗੀ ਜੀ ਮੇਰੀਆਂ ਮਿਹਨਤਾਂ 'ਤੇ ਜਦੋਂ ਪਾਣੀ ਫਿਰਿਆ ਮੇਰਾ ਭਾਰ ਟਹਿ ਗਿਆ ਮੇਰੇ 'ਤੇ ਬਹੁਤ ਉਦੋਂ ਮੈਨੂੰ ਕੋਈ ਸਮਝ ਸੁੱਝ ਨਹੀਂ ਆਈ ਕਿ ਮੇਰੇ 'ਤੇ ਹਨੇਰੀ ਝੁੱਲੀ ਮੇਰਾ ਸ਼ੇਰ ਜਿੱਡੇ ਬੱਚੇ ਜਦੋਂ ਮੇਰੇ ਤੋਂ ਵਿਛੋੜਾ ਪਾ ਗਏ ਹੁਣ ਜੀ ਮੈਂ ਆਪਦੀ ਦੋਤੀ ਜੇ 7 ਮਹੀਨੇ ਮੇਰੇ ਜਵਾਈ ਨੂੰ ਦੀ ਮੌਤ ਹੋ ਗਈ ਵਿਧਵਾ ਮੇਰੀ ਬੱਚੀ ਆ ਜਿਹੜੀ ਇਹਦੀ ਬੱਚੀ ਕੋਲ ਆ ਮੇਰੇ ਛੋਟੀ ਜੀ ਆਵੇ ਮੇਰੇ ਕੋਲ ਬੈਠੀ ਆ ਇਹ ਮੇਰੇ ਕੋਲ ਮੈਨੂੰ ਰੋਟੀ ਟੋ ਪਾਣੀ ਬਣਾ ਕੇ ਦਿੰਦੀ ਸੀ ਮੈਂ ਆਪ ਬਿਮਾਰ ਰਹਿੰਦੀ ਹਾਂ ਉਹ ਪੁੱਤਰ ਦਾ ਤਾਂ ਸਹਾਰਾ ਹੀ ਸੀ ਉਹ ਬੱਚਾ ਮੈਨੂੰ ਮਿਹਨਤ ਮਜ਼ਦੂਰੀ ਕਰਕੇ ਦੇ ਵਿੱਚੋਂ ਮੈਨੂੰ ਦਵਾ ਦਾਰੂ ਕਰਾਉਂਦਾ ਸੀ ਮੇਰਾ ਉਹ ਹੀ ਸਹਾਰਾ ਸੀ ਨਾ ਮੇਰਾ ਕੋਈ ਜ਼ਮੀਨ ਨਾ ਮੇਰੇ ਕੋਲ ਕੋਈ ਚੀਜ਼ ਮੇਰੇ ਕੋਲ ਇੱਕੋ ਉਹ ਬੇਟਾ ਹੀ ਬੇਟਾ ਸੀ ਕੁਛ ਨਹੀਂ ਹੈਗਾ ਮੈਂ ਦਮ ਦਾ ਦਮ ਹੀ ਹਾਂ ਮੇਰੇ ਕੋਲ ਕੁਛ ਵੀ ਨਹੀਂ ਹੈਗਾ ਜੀ ਮੈਂ ਜੀ ਉਹਦੇ ਯਾਰਾਂ ਦੋਸਤਾਂ ਨੇ ਸਾਨੂੰ ਫੋਨ 'ਤੇ ਰਾਤ ਮੈਸੇਜ ਕੀਤਾ ਸਾਨੂੰ ਫਿਰ ਪਤਾ ਲੱਗਾ ਜੀ ਮੰਗ ਇਹੋ ਕਰਦੀ ਮੇਰੀ ਬੇਨਤੀ ਸਰਕਾਰ ਅੱਗੇ ਮੇਰੇ ਬੱਚੇ ਦੀ ਲਾਸ਼ ਪੰਜਾਬ ਆਉਣੀ ਚਾਹੀਦੀ ਮੇਰੀ ਇਹੋ ਬੇਨਤੀ ਆ ਹੋਰ ਮੇਰੀ ਗਰੀਬਣੀ ਦਾ ਕੀ ਮੈਂ ਦੱਸਾਂ ਕਿੰਨੀਆਂ ਕੁ ਮੰਗਾਂ ਮੈਂ ਬੜੀ ਔਖੀ ਹਾਂ ਮੇਰੇ ਵਰਗਾ ਕੋਈ ਜੀ ਉਹਦੀ ਹੋਣੀ ਉਮਰ 'ਤੇ ਮੈਨੂੰ 30 ਸਾਲ ਹੋਣੀ ਆ ਨਹੀਂ ਜੀ ਸ਼ਾਦੀ ਸ਼ੁਦਾ ਨਹੀਂ ਵਿਆਹ ਜੀ ਆ ਪੰਜਾਬ ਸਾਦੀ ਹਾਂ ਪੰਜਾਬ ਬੱਚਾ ਆ ਜਾ ਮੈਂ ਬਹੁਤ ਔਖੀ ਹਾਂ ਆ ਜਾ ਤੇਰਾ ਅਸੀਂ ਘਰ ਬਣਾਵਾਂ ਅਤੇ ਉਹ ਬੱਚੇ ਨੂੰ ਨਹੀਂ ਹੋਣੀ ਨਹੀਂ ਆਉਣ ਦਿੱਤਾ ਮੇਰਾ ਬੱਚਾ ਉੱਥੇ ਹੀ ਖਤਮ ਹੋ ਗਿਆ ਉਹ ਮੈਂ ਮਿਹਨਤੀ ਸਰਕਾਰ ਅੱਗੇ ਮੇਰੀ ਭਗਵੰਤ ਮਾਨ ਸਾਹਿਬ ਦੇ ਅੱਗੇ ਮੇਰੀ ਮਿਹਨਤ ਆ ਮੇਰੀ ਗਰੀਬਣੀ ਦੇ ਜੋ ਮੇਰਾ ਲੱਡ ਹੋ ਗਿਆ ਉਹਦੇ ਮੇਰਾ ਪੂਰਾ ਰਿਕਾਰਡ ਕਰ ਸਕਦਾ ਮੇਰੇ ਪੋਤੀ ਲਾਸ਼ ਮੰਗਾ ਦੇ ਜਿਵੇਂ ਵੀ ਮੇਰੇ ਕੋਲ 10 ਰੁਪਈਏ ਵੀ ਨਹੀਂ ਗਏ ਹੈਗੇ ਇਸ ਟਾਈਮ ਜੀ ਇਹ ਜੋੜਨ ਚ ਰਾਜਵਿੰਦਰ ਕੌਰ ਇਹ ਵੀਰ ਜੀ ਬਹੁਤ ਦੁੱਖਾਂ ਦਾ ਪਹਾੜ ਇਹਨਾਂ ਦੇ ਉੱਤੇ ਡਿੱਗਾ ਆ ਬਹੁਤ ਹੀ ਜ਼ਿਆਦਾ ਆ ਬਹੁਤ ਹਾਲਤ ਘਰ ਦੀ ਗੰਭੀਰ ਆ ਕੋਈ ਕਮਾਉਣ ਵਾਲਾ ਨਹੀਂ ਹੈਗਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਇਸ ਵਿਚਾਰੀ ਬਲਵਿੰਦਰ ਕੌਰ ਦਾ ਉਹ ਹੀ ਬੱਚਾ ਸੀ ਜਿਹੜਾ ਇਹਨੇ ਉੱਧਰ ਮਿਹਨਤ ਮਜ਼ਦੂਰੀ ਲਈ ਗਿਆ ਹੋਇਆ ਸੀ ਜ਼ਿਆਦਾ ਕੋਈ ਪੜ੍ਹਿਆ ਲਿਖਿਆ ਨਹੀਂ ਬੱਚਾ ਉਹ ਮਿਹਨਤ ਮਜ਼ਦੂਰੀ ਉੱਥੇ ਗਏ 6 ਸਾਲ ਹੋਏ ਉਹਨਾਂ ਨੇ ਗਿਆ ਨੂੰ ਉਹ ਬੱਚਾ ਉੱਧਰ ਪੂਰਾ ਹੋ ਗਿਆ ਆ ਇਹ ਦੋਵੇਂ ਮਾਵਾਂ ਧੀਆਂ ਵਿਧਵਾ ਨੇ ਜਵਾਈ ਵੀ ਇਹਨਾਂ ਦਾ ਪੂਰਾ ਹੋ ਗਿਆ 7 ਮਹੀਨੇ ਹੋ ਗਏ ਆ ਅਤੇ ਕੋਈ ਵਿਚਾਰੀਆਂ ਦਾ ਇਹਨਾਂ ਦਾ ਸਾਧਨ ਨਹੀਂ ਹੈਗਾ ਅਤੇ ਸਾਡੇ ਕਮੇਟੀ ਵੱਲੋਂ ਅਜੀਕਾ ਜੀ ਭਾਅ ਜੀ ਦਿੱਲੀ ਵਾਲੇ ਬੰਗਲਾ ਸਾਹਿਬ ਗੁਰਦੁਆਰੇ ਤੋਂ ਸੀਸਗੰਜ ਤੋਂ ਅਸੀਂ ਉਹਨਾਂ ਵੀਰਾਂ ਅੱਗੇ ਅਜੀਕਾ ਜੀ ਸਿਰਸੇ ਵਾਲੇ ਉਹਨਾਂ ਅੱਗੇ ਵੀਰ ਜੀ ਨੂੰ ਅੱਗੇ ਬੇਨਤੀ ਕਰਦੇ ਅਸੀਂ ਵੀ ਇਸ ਭੈਣ ਬਲਵਿੰਦਰ ਕੌਰ ਦੀ ਜਦੋਂ ਸੁਣਨ ਵੇਖਣ ਖਬਰ ਇਹਦੀ ਜ਼ਰੂਰ ਮਦਦ ਕਰਨ ਜਿੰਨੀ ਹੋ ਸਕਦੀ ਆ ਇਹ ਵਿਚਾਰੀ ਬਲਵਿੰਦਰ ਕੌਰ ਦਾ ਬੱਚਾ ਬਾਹਰ ਰਜੋਰਡਨ ਦੇ ਵਿੱਚ ਪੂਰਾ ਹੋ ਗਿਆ ਆ ਉਹ ਅਸੀਂ ਵੀ ਬਾਹਰੋਂ ਇਹ ਲਾਗੋਂ ਆਏ ਹੋਏ ਹਾਂ ਅਸੀਂ ਇਸ ਕਰਕੇ ਆ ਵੀ ਅਸੀਂ ਤੁਹਾਡੀਆਂ ਖਬਰਾਂ ਸੁਣਦੇ ਰਹਿੰਦੀ ਹਾਂ ਮੈਂ ਬਹੁਤ ਤੁਹਾਡਾ ਸਾਰਾ ਹੀ ਸੁਣਦੀ ਹਾਂ ਗੁਰਦੁਆਰੇ ਦਾ ਅਤੇ ਮੈਂ ਇਹ ਹੀ ਆਪਦੇ ਵੀਰ ਜੀ ਅੱਗੇ ਬੇਨਤੀ ਕਰਦੀ ਹਾਂ ਜੀਕਾ ਜੀ ਵੀ ਤੁਸੀਂ ਇਹ ਸੁਣ ਕੇ ਅਤੇ ਇਹ ਭੈਣ ਬਲਵਿੰਦਰ ਕੌਰ ਦਾ ਦੁੱਖ ਵੀ ਬੱਚਾ ਇਹਦਾ ਉੱਧਰੇ ਖਤਮ ਹੋ ਗਿਆ ਆ ਉਹ ਟੈਕ ਨਾਲ ਆਉਂਦੇ ਆ ਅਤੇ ਪਹਾੜ ਦੁੱਖਾਂ ਦਾ ਇਸ ਵਕਤ ਇਹਦੇ ਸਿਰ 'ਤੇ ਆ ਵਿਚਾਰੀ ਦੇ ਇਹ ਸ਼ੂਗਰ ਦੀ ਮਰੀਜ਼ ਆ ਇਹਨੂੰ ਹਾਰਟ ਦੀ ਮਰੀਜ਼ ਆ ਇਹ ਵਿਚਾਰੀ ਦੀ ਜਿੰਨੀ ਹੋ ਸਕੇ ਇਹ ਮੇਰੇ ਜੀਕਾ ਭਾਅ ਜੀ ਦਿੱਲੀ ਵਾਲੇ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਸੀਸਗੰਜ ਤੋਂ ਉਹ ਮੇਰੇ ਵੀਰ ਜਿੰਨੀ ਹੋ ਸਕਦੀ ਇਹਦੀ ਮਦਦ ਕਰਨ ਭੈਣ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਜੀਤ ਮੇਰਾ ਛੋਟਾ ਬ੍ਰਦਰ ਸੀ 6 ਸਾਲ ਗਏ ਗੱਲਬਾਤ ਉੱਧਰ ਅਟੈਕ ਹੋ ਗਿਆ ਮਜਬੂਰੀ ਸੀ ਘਰ ਦੀ ਤਾਂ ਬਾਹਰ ਕੱਲਿਆ ਸੀ ਨੌਜਵਾਨ ਇੱਧਰ ਕੋਈ ਕਾਰੋਬਾਰ ਨਹੀਂ ਹੈਗਾ ਉੱਧਰ ਇਸ ਕਰਕੇ ਜਾਣ ਡਏ ਇੱਧਰ ਗੌਰਮੈਂਟ ਕੋਈ ਕੰਮ ਦੇਵੇ ਬੱਚਿਆਂ ਨੂੰ ਨਾ ਪੰਜਾਬ ਉੱਧਰ ਜਾਣ ਬਾਹਰ
ਬਹੁਤ ਮਾੜੇ ਹਾਲਾਤ। ਮੰਮੀ ਤੇ ਮੈਂ ਤੇ ਇੱਕ ਮੇਰੀ ਲੜਕੀ ਤੇ ਮੇਰਾ ਲੜਕਾ, ਨਾ ਕੋਈ ਸਹਾਰਾ ਨਹੀਂ। ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਹਾਂ, ਸਾਡੇ ਗਰੀਬਾਂ ਨੇ ਮੇਰੇ ਭਰਾ ਦੀ ਕੱਟ ਗੋਡੀ ਇੱਧਰ ਆਉਣੀ ਚਾਹੀਦੀ ਲਾਚ, ਅਸੀਂ ਉਹਦਾ ਜਾਂਦੀ ਅੱਡਾ ਮੂੰਹ ਦੇਖ ਲਈਏ। ਹਾਂਜੀ ਕੁਵਾਰਾ ਸੀ, ਮੇਰੇ ਤੋਂ ਛੋਟਾ ਸੀ। ਹਾਂਜੀ ਮੈਂ ਉਹਦੇ ਆਸ ਰੱਖੀ ਮੇਰਾ ਭਰਾ ਉਹ ਮਰੀਜ਼ ਵਾਲਾ ਵਿਆਹ ਕਰਾਂਗੇ ਉਹਦੇ ਭਰਾ ਦਾ। ਮੈਂ ਵੀ ਆਖਾਂਗੀ ਮੇਰੇ ਭਰਾ ਦਾ ਬੂਹਾ ਖੁੱਲ੍ਹਾ ਇਸ ਟਾਈਮ, ਮੇਰਾ ਕੋਈ ਸਹਾਰਾ ਨਹੀਂ, ਨਾ ਮੇਰਾ ਪਿਤਾ ਜੀ ਨਾ ਮੇਰੇ ਭਰਾ ਰਹਿ ਗਏ, ਮੇਰਾ ਕੋਈ ਨਹੀਂ ਰਹਿ ਗਿਆ। ਮਾਂ ਤੋਂ ਬਿਨਾਂ ਸਾਰੇ ਖੋਲ ਸਰਕਾਰ ਕੋਲ ਇਹ ਉਮੀਦ ਕਰਦੇ ਕਿ ਮੇਰੇ ਭਰਾ ਦੀ ਡੈਡ ਬੋਡੀ ਆ ਜਾਵੇ। ਮੇਰੀ ਮਾਂ ਕੋਲ 10 ਰੁਪਏ ਨਹੀਂ ਇਸ ਟਾਈਮ ਹੈਗੇ ਕਿ ਜਿਹੜੇ ਕਿਸੇ ਨੂੰ ਕਵੇ ਕਿ ਮੇਰੇ ਪੁੱਤ ਦੀ ਲਾਸ਼ ਕੋਈ ਕੰਮ ਕਿਤੇ ਚੜੀ ਜਾਵੇ। ਇਸ ਟਾਈਮ ਕੁਛ ਨਹੀਂ ਉਹਨੂੰ ਹੈਗਾ, ਕੋਈ ਸਹਾਰਾ ਦੇਵੇ ਇਹਨੂੰ ਗਰੀਬਣੀ। ਮੇਰਾ ਨਾਮ ਭਗਵਾਨ ਸਿੰਘ ਹੈ ਜੀ, ਸਾਬਕਾ ਸਰਪੰਚ ਬਸਤੀ ਅੰਮ੍ਰਿਤਸਰੀਆਂ। ਐਡਾ ਵੱਡਾ ਪਹਾੜ ਟੁੱਟਿਆ ਜੀ, ਕੁਛ ਯਾਰ ਨਹੀਂ ਕਰ ਸਕਦੇ, ਕਿਉਂਕਿ ਇਸ ਪਰਿਵਾਰ ਦੇ 2 ਸਾਲਾਂ ਦੇ ਵਿੱਚ ਇਹ ਚੌਥੀ ਮੌਤ ਹੈ ਜੀ। ਘਰ ਵਿੱਚ ਹੋਰ ਕੋਈ ਕਮਾਉਣ ਵਾਲਾ ਕੋਈ ਬੱਚਾ ਨਹੀਂ ਹੈਗਾ, ਨਾ ਕੋਈ ਸਹਾਰਾ ਹੈਗਾ, ਹੋਰ ਕੋਈ ਪ੍ਰੋਪਰਟੀ, ਕੋਈ ਜ਼ਮੀਨ, ਕੋਈ ਦੁਕਾਨ, ਕੋਈ ਬਿਜ਼ਨਸ ਨਹੀਂ ਹੈਗਾ। ਇਸ ਪਰਿਵਾਰ ਲਈ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਇੱਕ ਤਾਂ ਜਿਹੜਾ ਮੁੰਡਾ ਇਹਨਾਂ ਦੀ ਬਾਹਰ ਡੈਥ ਹੋਈ ਆ, ਉਹਨੂੰ ਕਿਸ ਜਲਦੀ ਤੋਂ ਜਲਦੀ ਪੰਜਾਬ ਆਇਆ ਜਾ ਲਿਆਂਦਾ ਜਾਵੇ, ਅਤੇ ਪਰਿਵਾਰ ਨੂੰ ਮਾਲੀ ਸਹਾਇਤਾ ਕੀਤੀ ਜਾਵੇ, ਜਿਨ੍ਹਾਂ ਦੀ ਆਰਥਿਕ ਸਥਿਤੀ ਠੀਕ ਹੋਵੇ। ਬਹੁਤ ਦੇਖ ਲਓ ਇਹਨਾਂ ਦੇ ਘਰ 'ਤੇ ਬਹੁਤ ਮਾੜੀ ਹਾਲਤ ਆ। ਦੇਖੋ ਜੀ, ਜੇ ਰੁਜ਼ਗਾਰ ਹੀ ਦਿੱਤੇ ਜਾਣ ਤਾਂ ਪੰਜਾਬ 'ਚੋਂ ਮੁੰਡੇ ਬਾਹਰ ਕਿਉਂ ਜਾਣ? ਇੱਥੇ 100-100 ਕਿੱਲੇ ਵਾਲੇ ਮੁੰਡੇ ਵੀ, ਬੱਚੇ ਵੀ, ਕੁੜੀਆਂ ਵੀ ਬਾਹਰ ਜਾ ਰਹੀਆਂ, ਮਿਹਨਤ ਮਜ਼ਦੂਰੀਆਂ ਕਰ ਰਹੀਆਂ। ਇੱਥੋਂ ਦੇ ਨਸ਼ੇ ਨੇ ਸਾਰਾ ਪੰਜਾਬ ਘੇਰਿਆ ਹੋਇਆ, ਨਿਧੀ ਗੈਂਗਸਟਰਾਂ ਦੀ ਮਾਰ ਚੰਗੇ ਬੱਚੇ ਚੰਗੇ ਪਰਿਵਾਰਾਂ ਨੂੰ ਚੁੱਕ ਕੇ ਲਿਜਾ ਰਿਹਾ। ਇਸ ਕਰਕੇ ਕੋਈ ਸਾਧਨ ਨਹੀਂ ਹੈਗਾ, ਗੌਰਮੈਂਟ ਕੋਈ ਜੋਬ ਨਹੀਂ ਹੈਗੀ, ਜਿਸ ਕਰਕੇ ਇਹਨਾਂ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ, ਮਜਬੂਰੀ ਤੌਰ 'ਤੇ ਬਾਹਰ ਜਾਣਾ ਪੈਂਦਾ। ਜ਼ਰੂਰ ਦੇਣਾ ਚਾਹੀਦਾ ਜੀ। ਵੇਖੋ ਗਰੀਬ ਵਰਗ ਕਿੱਥੇ ਜਾਊਗਾ, ਇੰਨੀ ਮਹਿੰਗਾਈ ਹੋ ਗਈ, ਹੁਣ ਦੇਖੋ ਇਹਨਾਂ ਦੀ ਡੈਥ ਹੋ ਗਈ ਦੋਨਾਂ ਬੱਚਿਆਂ ਦੀ, ਕਿੱਥੋਂ ਖਾਣਗੇ, ਕੌਣ ਇਹਨਾਂ ਨੂੰ ਦਊਗਾ? ਇਹਨਾਂ ਦੇ ਪਰਿਵਾਰ 'ਚ ਛੋਟੇ ਹੁੰਦੇ ਇਹਨਾਂ ਦੋਨਾਂ ਬੱਚਿਆਂ ਦੀ ਫਾਦਰ ਸੀ ਡੈਥ ਹੋ ਗਈ ਸੀ, ਉਸ ਤੋਂ ਬਾਅਦ ਇਹਨਾਂ ਦੀ ਮਾਤਾ ਹੀ ਸੀ, ਇਹਨਾਂ ਨੂੰ ਮਿਹਨਤ ਮਜ਼ਦੂਰੀ ਕਰਕੇ ਪਾਲਿਆ। ਅਤੇ ਪਿਛਲੇ ਸਾਲ ਇਹਨਾਂ ਦਾ ਇੱਕ ਲੜਕਾ ਓਵਰਡੋਜ਼ ਦੇ ਕਾਰਨ ਨਸ਼ੇ ਦੇ ਵਿੱਚ ਆ ਗਿਆ, ਉਹਦੀ ਡੈਥ ਹੋ ਗਈ। ਇਸੇ ਤਰ੍ਹਾਂ ਹੀ ਇਹਨਾਂ ਦੀ ਜਵਾਈ, ਇਹ ਮੁੰਡਾ ਮਿਹਨਤ ਮਜ਼ਦੂਰੀ ਵਾਲਾ ਸੀ, ਉਹ ਵੀ ਮੁੰਡਾ ਵੈਸੇ ਮੱਲਾਂ ਵਾਲੇ ਇੱਕ ਮਕੈਨਿਕ ਸੀ, ਟੈਕਟ ਮਕੈਨਿਕ ਸੀ, ਪਰ ਹੁਣ ਇਹਨਾਂ ਦਾ ਕੋਈ ਆਸਰਾ ਨਹੀਂ ਹੈਗਾ, ਕੋਈ ਇਸ ਟਾਈਮ ਕੋਈ ਕਮਾਈ ਵਾਲਾ ਇਹਨਾਂ ਦੇ ਘਰ ਮੈਂਬਰ ਹੀ ਨਹੀਂ ਹੈਗਾ ਜੀ। ਇੱਕ ਮਾਤਾ ਬਜ਼ੁਰਗ ਹੈਗੀ ਆ ਉਹਨਾਂ ਦੀ, ਉਹ ਕੀ ਕਰ ਸਕਦੀ ਹੈ? ਮੰਗ ਸਰਕਾਰ ਨੂੰ ਕਰਦੇ ਜੀ, ਇਹਨਾਂ ਦੀ ਆਰਥਿਕ ਸਥਿਤੀ ਲਈ ਸਰਕਾਰ ਕੋਈ ਨਾ ਕੋਈ ਇਹਨਾਂ ਨੂੰ ਫੰਡ ਦੇਵੇ, ਅਤੇ ਇਹਨਾਂ ਦੇ ਬੱਚੇ ਦੀ ਡੈੱਡ ਬੋਡੀ ਨੂੰ ਇਹਨਾਂ ਦੇ ਘਰ ਪਹੁੰਚਾਇਆ ਜਾਵੇ। ਪ੍ਰਾਈਮ ਮੁੱਦੇ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।